ਉਹ ਅਸਾਮ ਦੇ ਗੁੰਮ ਹੋ ਚੁੱਕੇ ਕਬੀਲਿਆਂ ਦਾ ਇੱਕ ਵਿਅਕਤੀ ਹੈ ਜੋ ਕੁਦਰਤ ਅਤੇ ਹਰਿਆਲੀ ਨਾਲ ਇੱਕ ਨਵੇਕਲਾ ਰਿਸ਼ਤਾ ਸਾਂਝਾ ਕਰਦਾ ਹੈ। ਜਦੋਂ ਜੰਗਲਾਂ ਦੀ ਕਟਾਈ ਦੇ ਪ੍ਰਭਾਵਾਂ ਨੇ ਸਾਡੇ ਆਲੇ ਦੁਆਲੇ ਦੀ ਜ਼ਿੰਦਗੀ ਅਤੇ ਕੁਦਰਤ ਨੂੰ ਖਤਰੇ ਵਿੱਚ ਪਾ ਦਿੱਤਾ ਤਾਂ ਉਹ ਚੁੱਪ ਚਾਪ ਕੁਦਰਤ ਦੀ ਰਾਖੀ ਲਈ ਕੰਮ ਕਰ ਰਿਹਾ ਹੈ। ਇਹ ਵਿਅਕਤੀ ਹੈ ਜਾਦਵ ਪਾਇੰਗ। ਕੁਦਰਤ ਦੀ ਰਾਖੀ ਲਈ ਜਾਦਵ ਦੇ ਨਿਰੰਤਰ ਯਤਨਾਂ ਨੇ ਉਸਨੂੰ ਇੱਕ ਜਿਉਂਦੀ ਮਿਸਾਲ ਵਿੱਚ ਬਦਲ ਦਿੱਤਾ। ਸਾਲ 1979 ਚ ਅਸਾਮ ਵਿੱਚ ਗੋਲਾਘਾਟ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਕਿਲਾ ਮੁਖ ਨੇੜੇ ਓਆਨਾ ਚਪੋਰੀ ਵਿਖੇ ਵਨ ਸੌਦੇ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਮੁਲਾਈ ਦੇ ਨਾਮ ਨਾਲ ਜਾਣੇ ਜਾਂਦੇ ਪਾਇੰਗ ਰੁੱਖ ਅਤੇ ਬੂਟੇ ਲਗਾਉਣ ਲਈ ਵਰਕਰਾਂ ਦੀ ਇੱਕ ਟੀਮ ਦੇ ਰੂਪ ਵਿੱਚ ਓਆਨਾ ਚਪੋਰੀ ਗਏ ਸੀ। ਜਦ ਸਾਰੇ ਕਾਮੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਵਾਪਸ ਆ ਗਏ, ਮੁਲਾਈ ਉਰਫ ਜਾਦਵ ਪਾਇੰਗ ਬੂਟਿਆਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਲਈ ਉੱਥੇ ਹੀ ਰੁਕ ਗਏ। ਹੁਣ ਇਸ ਓਆਨਾ ਚਪੋਰੀ ਨੂੰ ਮੁਲਾਈ ਕੈਥੋਨੀ ਵਜੋਂ ਜਾਣਿਆ ਜਾਂਦਾ ਹੈ। ਜੰਗਲ ਦੀ ਸੰਭਾਲ ਲਈ ਮੁਲਾਈ ਦੇ ਕੰਮ 2009 ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਏ ਸੀ। ਉਸ ਤੋਂ ਬਾਅਦ ਸੈਂਕੜੇ ਲੋਕ ਇਸ ਵਿਲੱਖਣ ਮਨੁੱਖ ਦੁਆਰਾ ਬਣੇ ਜੰਗਲ ਨੂੰ ਵੇਖਣ ਲਈ ਮੁਲਾਈ ਕੈਥੋਨੀ ਗਏ। ਹੁਣ ਮੁਲਾਈ ਕੈਥੋਨੀ ਵਿੱਚ 100 ਤੋਂ ਵੱਧ ਹਾਥੀ, ਅਣਗਿਣਤ ਹਿਰਨ ਅਤੇ 4 ਸ਼ਾਹੀ ਬੰਗਾਲ ਟਾਈਗਰ ਨੇ। ਪਾਇੰਗ ਜੰਗਲ ਦੀ ਸੰਭਾਲ ਲਈ ਕੰਮ ਕਰਨ ਕਰਕੇ ਵਿਸ਼ਵ ਭਾਈਚਾਰੇ ਵੱਲੋਂ ਪ੍ਰਸ਼ੰਸਾ ਪਾਉਣ ਵਾਲਾ ਨਾਮ ਬਣ ਗਿਆ। ਪੈਂਟੀਨਾਈਨਰ ਪਰਾ ਪ੍ਰਕਿਤੀ ਸੰਰਕ্ষণত সেই সময়ত মোৰ বয়স 14-15 বছৰ আছিল। সেই দিনটো আজিলৈকে এই প্ৰকৃতি সংৰক্ষণতে লাগি আছো। ਸਾਲ 2012 ਵਿੱਚ ਜਵਾਹਰ ਲਾਲ ਯੂਨੀਵਰਸਿਟੀ ਨੇ ਪਾਇੰਗ ਨੂੰ ਫੋਰੈਸਟ ਮੈਨ ਆਫ ਇੰਡੀਆ ਦਾ ਖਿਤਾਬ ਦਿੱਤਾ, ਜੰਗਲ ਦੀ ਸੰਭਾਲ ਲਈ ਉਸ ਦੇ ਯਤਨਾਂ ਨੂੰ ਪਛਾਣ ਦਾ ਇੱਕ ਟਾਈਟਲ। ਉਸੇ ਸਾਲ ਇੱਕ ਕੈਨੇਡੀਅਨ ਫੋਟੋਗ੍ਰਾਫਰ ਵਿਲੀਅਮ ਡਗਲਸ ਮੈਕਮਾਸਟਰ ਨੇ ਉਹਨਾਂ ਦੇ ਨਾਂ 'ਤੇ ਇੱਕ ਡਾਕੂਮੈਂਟਰੀ ਫਿਲਮ ਬਣਾਈ, ਦ ਫੋਰੈਸਟ ਮੈਨ। ਸਾਲ 2013 'ਚ ਕਾਂਸ ਫਿਲਮ ਫੈਸਟੀਵਲ 'ਚ ਇਸ ਡਾਕੂਮੈਂਟਰੀ ਨੇ ਸਰਬੋਤਮ ਡਾਕੂਮੈਂਟਰੀ ਪੁਰਸਕਾਰ ਜਿੱਤਿਆ। 2015 'ਚ ਪਾਇੰਗ ਨੂੰ ਭਾਰਤ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਸਕੂਲ ਪਾਠਕ੍ਰਮ ਵਿੱਚ ਜੰਗਲਾਂ ਨੂੰ ਬਚਾਉਣ ਲਈ ਪਾਇੰਗ ਦੀ ਕੋਸ਼ਿਸ਼ ਨੂੰ ਸ਼ਾਮਿਲ ਕੀਤਾ। ਅੱਜ ਜਿਹੜੀ ਖਬਰ ਮੈਂ ਗਮ ਪਾਈਸੂ ਜੇ ਇੱਕ ਫੇਸਬੁੱਕ ਪੋਸਟ ਫ্রম ਅਮਰੀਕਾ ਐਗੋਰਾਕੀ ਸਿੱਖਿਅਤੀ ਜਿਗੋਰਾਕੀ ਸਮਾਤ ਜੇਬੀ ਕਾਲਜਤੇ ਪਹੁੰਚਿਲ ਬੁਲੇ ਮੈਂ ਗਮ ਪਾਈਸੂ ਨਵਮੀ শর্মা তেখেতে কৈছে যে আমেরিকার একটা কোর্সত দ্য ফরেস্ট ম্যান যাদব পায়েং বলে একটা চ্যাপ্টার সন্নিবিষ্ট করা হয়েছে। যদি সেটু হয়েছে সেটু আমি জোরহতিয়া হিসাবে অসমিয়া হিসাবে আমি গৌরব করোই। হালি বিচ ইউএসএ দি সরকার নে ভি 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਜਾਦਵ ਪਾਇੰਗ ਦੀ ਕਹਾਣੀ ਨੂੰ ਦ ਫੋਰੈਸਟ ਮੈਨ ਜਾਦਵ ਪਾਇੰਗ ਸਿਰਲੇਖ ਦੇ ਇੱਕ ਚੈਪਟਰ ਵਜੋਂ ਸ਼ਾਮਿਲ ਕੀਤਾ ਸੀ। ਇਸ ਸਮੇਂ ਯੂਐਸਏ ਦੇ ਕਨੈਕਟਿਕਟ ਸ਼ਹਿਰ ਦੇ ਗ੍ਰੇਟ ਹੈਲਪ ਸਕੂਲ ਵਿੱਚ ਪੜ੍ਹਾ ਰਹੀ ਜੁਰਾਹਾਟ ਦੀ ਵਸਨੀਕ ਨਬੀਮੀ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਜਾਦਵ ਪਾਇੰਗ ਬਾਰੇ ਇੱਕ ਅਧਿਆਇ ਪਾਠਕ੍ਰਮ ਵਿੱਚ ਸ਼ਾਮਿਲ ਕੀਤਾ। আলোচনা করা হয়, লড়া ছলিয়ের বিষয়ে পড়ে, দুখনকৈ ডকুমেন্টারি চাই, তারপর তখেতর কর্মরাজির বিষয়ে আমি ক্লাসত আলোচনা করো, আর তারপর কুয়েশন আনসার আদি বিভিন্ন ধরনের কাম করা হয়। লড়া ছলিবর অভিভূত হয়েছে তখেতর বিষয়ে জানিবলৈ পাই, খুব ভাল পাইছে। আর মোর যে কেনকা একটা গৌরবর মুহূর্ত আছিল মানে বুঝাব নো, ইমান দূরত পৃথিবীর ইমেও খবরতো মানুষে তখেতর বিষয়ে জানিছে, তখেতর কর্মরাজির বিষয়ে জানিছে, ইমান একটা গৌরবর কথা, খুব ভাল লাগিছে। ਹਰ ਅਸਾਮੀ ਨੂੰ ਉਹਨਾਂ ਦੀ ਮਿੱਟੀ ਦੇ ਪੁੱਤਰ ਤੇ ਮਾਣ ਹੈ ਜਿਸ ਨੇ ਇੱਕ ਰੇਤ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੀ ਯਾਤਰਾ ਕੀਤੀ। ਜਿੱਥੋਂ ਤੱਕ ਜੰਗਲ ਸੰਭਾਲ ਦਾ ਸਵਾਲ ਹੈ, ਜਾਦਵ ਪਾਇੰਗ ਅਤੇ ਉਸਦੇ ਮੁਲਾਈ ਕੈਥੋਨੀ ਦੁਨੀਆ ਲਈ ਨਿਸ਼ਚਿਤ ਤੌਰ ਤੇ ਇੱਕ ਮਿਸਾਲ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.